अजीत वैब टीवी दे हफ्तावारी प्रोग्राम खबरां दे आर पार विच आप सब दा स्वागत है। खबरां ते असी चर्चा करनी और चर्चा लई मेरे नाल स्टूडियो विच ने श्री सतनाम सिंह माणक। माणक साहब बहुत बहुत स्वागत है स्टूडियो विच। शुक्रिया जी। सो अहम खबरां दे उत्ते असी चर्चा करदे हां। चर्चा दे विच जिहड़ी पहली खबर असी शामिल कीती है, ओह है प्रधानमंत्री श्री नरेंद्र मोदी दी मन की बात। माणक साहब, प्रधानमंत्री ने मन की बात प्रोग्राम दे विच वख-वख मुद्दिआं नूं छुआ है। मुख रूप च उड़ी ਦੇ ਵਿੱਚ ਜਿਹੜਾ ਇੱਕ ਅੱਤਵਾਦੀ ਹਮਲਾ ਸੀ ਉਸ ਨੂੰ ਲੈ ਕੇ ਉਹਨਾਂ ਨੇ ਵੱਖ ਵੱਖ ਗੱਲਾਂ ਕੀਤੀਆਂ ਨੇ, ਕੀ ਕਹੋਗੇ ਇਸ ਦੇ ਬਾਰੇ 'ਚ? ਬੰਸਲ ਜੀ, ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੀ ਅਹਿਮ ਗੱਲ ਕਹੀ ਆ ਉਹ ਇਹ ਹੈ ਕਿ ਅਮਨ ਸ਼ਾਂਤੀ ਨਾਲ ਜਿਹੜੇ ਹਰ ਗੁੰਝਲਦਾਰ ਮਸਲੇ ਦਾ ਹੱਲ ਜਿਹੜਾ ਉਹ ਲੱਭਿਆ ਜਾ ਸਕਦਾ। ਇਸ ਤੋਂ ਇਲਾਵਾ ਉਹਨਾਂ ਨੇ ਭਾਰਤੀ ਫੌਜ ਦੀ ਪ੍ਰਸ਼ੰਸਾ ਕੀਤੀ ਹੈ ਕਿ ਜਿਹੜੀ ਆ ਉਹ ਬਾਕੀ ਜਿੱਥੋਂ ਤੱਕ ਸਿਆਸਤਦਾਨ ਜਾਂ ਹੋਰ ਵਰਗਾਂ ਦੇ ਲੋਕ ਬੋਲ ਕੇ ਆਪਣੀ ਗੱਲ ਕਹਿੰਦੇ ਆ, ਪਰ ਫੌਜ ਅਮਲ ਨਾਲ ਜਿਹੜੀ ਆਪਣੀ ਗੱਲ ਜਿਹੜੀ ਆ ਉਹ ਕਹਿੰਦੀ ਹੈ। ਇੱਕ ਤਰ੍ਹਾਂ ਨਾਲ ਉਹਨਾਂ ਨੇ ਉੜੀ ਦੇ ਵਿੱਚ ਜਿਹੜਾ 4 ਅੱਤਵਾਦੀਆਂ ਨੇ 18 ਸਾਡੇ ਫੌਜੀ ਜਵਾਨਾਂ ਨੂੰ ਮਾਰਤਾ ਸੀ, ਉਸ ਸੰਦਰਭ 'ਚ ਇਹ ਸਾਰੀਆਂ ਗੱਲਾਂ ਕਹੀਆਂ। ਉਹ ਕਈ ਦਿਨਾਂ ਤੋਂ ਪ੍ਰਧਾਨ ਮੰਤਰੀ ਹੋਰਾਂ ਨੇ ਇਸ ਵਿਸ਼ੇ 'ਤੇ ਕੋਈ ਗੱਲ ਨਹੀਂ ਕਹੀ ਸੀ। ਉਹਨਾਂ ਨੇ ਸੈਨਿਕ ਦਲਾਂ ਦੇ ਮੁਖੀਆਂ ਨਾਲ, ਗ੍ਰਹਿ ਮੰਤਰਾਲੇ ਨਾਲ, ਵਿਦੇਸ਼ ਮੰਤਰਾਲੇ ਨਾਲ ਬਹੁਤ ਸਾਰੇ ਵਿਚਾਰ ਚਰਚੇ ਕੀਤੇ ਸੀਗੇ। ਲੋਕ ਜਾਣਨਾ ਚਾਹੁੰਦੇ ਸੀ ਕਿ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਹੋਰੀ ਕੀ ਕਹਿੰਦੇ ਆ। ਮਨ ਕੀ ਬਾਤ 'ਚ ਉਹਨਾਂ ਨੇ ਆਪਣੀ ਗੱਲ ਕਹੀ ਆ। ਲੋਕਾਂ ਦੇ ਇੱਕ ਹਿੱਸੇ 'ਚ ਇਹ ਡਰ ਪਾਇਆ ਜਾ ਰਿਹਾ ਸੀ ਕਿ ਸ਼ਾਇਦ ਜਿਹੜਾ ਭਾਰਤ ਅਤੇ ਪਾਕਿਸਤਾਨ ਇੱਕ ਹੋਰ ਜੰਗ ਵੱਲ ਵੱਧ ਰਹੇ ਆ, ਪਰ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੇ ਵਿਚਾਰ ਪੇਸ਼ ਕੀਤੇ ਆ ਉਹਦੇ ਨਾਲ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਆ। ਕੋਈ ਜੰਗ ਛੱਡਣ ਨਹੀਂ ਜਾ ਰਹੀ, ਪਰ ਭਾਰਤ ਜਿਹੜਾ ਪਾਕਿਸਤਾਨ ਵੱਲੋਂ ਜਿਹੜੀ ਦਹਿਸ਼ਤਗਰਦੀ ਫੈਲਾਈ ਜਾ ਰਹੀ ਹੈ ਉਹਦੇ 'ਤੇ ਦ੍ਰਿੜ ਆ ਅਤੇ ਉਹਨੂੰ ਰੋਕਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਕੌਮਾਂਤਰੀ ਪੱਧਰ 'ਤੇ ਪਾਕਿਸਤਾਨ ਨੂੰ ਅਲੱਗ ਥਲੱਗ ਕਰਨ ਲਈ ਯਤਨਸ਼ੀਲ ਹੈ। ਸੋ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚੋਂ ਇਸ ਤਰ੍ਹਾਂ ਦੇ ਪ੍ਰਭਾਵ ਜਿਹੜੇ ਆ ਉਹ ਸਾਹਮਣੇ ਆਏ। ਪ੍ਰਧਾਨ ਮੰਤਰੀ ਦਾ ਇਹ ਜਿਹੜੀ ਅਪੀਲ ਹੈ ਕਿ ਖਾਸ ਕਰਕੇ ਜਿਸ ਤਰ੍ਹਾਂ ਸੰਦੇਸ਼ ਦਿੱਤਾ ਹੈ ਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਮੁੱਦੇ ਨੇ ਉਹਨਾਂ ਨੂੰ ਸੁਲਝਾਇਆ ਜਾ ਸਕਦਾ ਆਪਸੀ ਪਿਆਰ ਦੇ ਨਾਲ, ਸਦਭਾਵਨਾ ਦੇ ਨਾਲ ਔਰ ਗੱਲਬਾਤ ਦੇ ਨਾਲ। ਇਹ ਖਾਸ ਕਰਕੇ ਉਹਨਾਂ ਨੂੰ ਇੱਕ ਜਵਾਬ ਹੈ ਉਹਨਾਂ ਵਰਗਾਂ ਨੂੰ, ਉਹਨਾਂ ਸੈਕਸ਼ਨਾਂ ਨੂੰ, ਜਾਂ ਅਸੀਂ ਕਹੀਏ ਮੀਡੀਆ ਦੇ ਇੱਕ ਉਸ ਹਿੱਸੇ ਨੂੰ ਜਿਹੜੇ ਲਗਾਤਾਰ ਉਕਸਾ ਰਹੇ ਸਨ ਇਸ ਦੇਸ਼ ਨੂੰ ਕਿ ਜੰਗ ਜਿਹੜੀ ਹੈ ਗੁਆਂਢੀ ਮੁਲਕ ਦੇ ਨਾਲ ਛੇੜ ਦਿੱਤੀ ਜਾਵੇ। ਪ੍ਰਧਾਨ ਮੰਤਰੀ ਹੋਰਾਂ ਨੇ ਇਸ ਸੰਦਰਭ 'ਚ ਕੇਰਲ ਦੇ ਵਿੱਚ ਜਿਹੜੀ ਭਾਜਪਾ ਦੀ ਕੌਮੀ ਪ੍ਰੀਸ਼ਦ ਦੀ ਮੀਟਿੰਗ ਚੱਲ ਰਹੀ ਹੈ ਉਸ ਤੋਂ ਵੀ ਪਹਿਲਾਂ ਉੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਜਿਹੜਾ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਕਹੀਆਂ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਜੰਗ ਵਿਕਾਸ ਦੀ ਲੜਨੀ ਚਾਹੀਦੀ ਹੈ ਕਿ ਗਰੀਬੀ ਨੂੰ ਪਹਿਲਾਂ ਕੌਣ ਦੂਰ ਕਰਦਾ, ਜਿਹੜੀ ਸਾਡੇ ਛੋਟੇ ਬੱਚੇ ਮਰ ਰਹੇ ਆ ਜਿਹੜੇ ਉਹਨਾਂ ਨੂੰ ਉਹਨਾਂ ਦੀ ਸਿਹਤ ਦਾ ਪ੍ਰਬੰਧ ਪਹਿਲਾਂ ਕੌਣ ਕਰਦਾ, ਹੋਰ ਇਸ ਤਰ੍ਹਾਂ ਦੇ ਸਾਡੇ ਵਿਕਾਸ ਨਾਲ ਜੁੜੇ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਦਾ ਜ਼ਿਕਰ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਜੇ ਮੁਕਾਬਲਾ ਕਰਨਾ, ਸਾਨੂੰ ਕੋਈ ਲੜਾਈ ਕਰਨੀ ਹੈ, ਸਾਨੂੰ ਉਹ ਇਸ ਖੇਤਰ 'ਚ ਕਰਨੀ ਚਾਹੀਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕ ਜਿਹੜੇ ਆ ਉਹ ਆਪੋ ਆਪਣੇ ਦੇਸ਼ 'ਚ ਇਸ ਤਰ੍ਹਾਂ ਦੀ ਤਰੱਕੀ ਕਰਨ। ਇਹ ਗੱਲ ਉਹਨਾਂ ਨੇ ਬਹੁਤ ਅੱਛੀ ਕਹੀ ਹੈ। ਇਸ ਤੋਂ ਇਲਾਵਾ ਬੰਸਲ ਜੀ, ਉਹਨਾਂ ਨੇ ਭਾਜਪਾ ਦੀ ਕੌਮੀ ਪ੍ਰੀਸ਼ਦ 'ਚ ਬੋਲਦਿਆਂ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਜਿਹੜਾ ਉਪਰੇ ਨਹੀਂ ਸਮਝਣਾ ਚਾਹੀਦਾ, ਆਪਣੇ ਸਮਝਣਾ ਚਾਹੀਦਾ, ਨਾ ਤਾਂ ਵੋਟਾਂ ਹਾਸਲ ਕਰਨ ਲਈ ਉਹਨਾਂ ਨੂੰ ਉਹਨਾਂ ਦਾ ਨਾ ਤਾਂ ਵੋਟਾਂ ਹਾਸਲ ਕਰਨ ਲਈ ਉਹਨਾਂ ਦਾ ਮਹਿਮਾ ਮੰਡਨ ਕਰਨਾ ਚਾਹੀਦਾ ਅਤੇ ਨਾ ਹੀ ਉਹਨਾਂ ਨਾਲ ਵਿਤਕਰਾ ਕਰਨਾ ਚਾਹੀਦਾ। ਸੋ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਬੜੀ ਮਹੱਤਵ ਰੱਖਦੀ ਹੈ। ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਤਾਂ ਮਹਿਸੂਸ ਕਰਦਾ ਕਿ ਪ੍ਰਧਾਨ ਮੰਤਰੀ ਹੋਰਾਂ ਦੀ ਜਿਹੜੀ ਪਾਰਟੀ ਆ ਭਾਜਪਾ ਉਹਨੂੰ ਸਹੀ ਸ਼ਬਦਾਂ 'ਚ ਇਹ ਉਹਨਾਂ ਦੀ ਇਸ ਗੱਲ 'ਤੇ ਅਮਲ ਕਰਨਾ ਚਾਹੀਦਾ ਅਤੇ ਇਸ ਦੇ ਨਾਲ ਹੀ ਜਿਹੜੀ ਰਾਸ਼ਟਰੀ ਸਵੈਮ ਸੇਵਕ ਸੰਘ ਆ ਭਾਜਪਾ ਨੂੰ ਸੇਧ ਦੇਣ ਵਾਲੀ ਇੱਕ ਬਹੁਤ ਵੱਡੀ ਜਥੇਬੰਦੀ ਆ ਉਹਨੂੰ ਵੀ ਇਸ ਗੱਲ 'ਤੇ ਅਮਲ ਕਰਦਿਆਂ ਭਾਰਤ ਦੇ ਸਾਰੇ ਨਾਗਰਿਕ ਜਿਨ੍ਹਾਂ ਨੇ 15 ਅਗਸਤ 1947 ਨੂੰ ਸਾਡੇ ਦੇਸ਼ 'ਚ ਰਹਿਣਾ ਚੁਣਿਆ ਉਹਨਾਂ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਉਹਨਾਂ ਨੂੰ ਵਿਕਾਸ ਦੇ ਸਾਰਿਆਂ ਨੂੰ ਮੌਕੇ ਮਿਲਣੇ ਚਾਹੀਦੇ ਆ ਔਰ ਭਾਰਤ ਨੂੰ ਆਪਣੀ ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਕੇ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ। ਇਹ ਜਿਹੜੀ ਗੱਲ ਕਹੀ ਗਈ ਖਾਸ ਕਰਕੇ ਉਸ ਸੰਦਰਭ 'ਚ ਕਹੀ ਗਈ ਜਿੱਥੋਂ ਅਸੀਂ ਦੇਖਦੇ ਹਾਂ ਕਿ ਭਾਜਪਾ ਦੇ ਅੰਦਰੋਂ, ਆਪਣੇ ਅੰਦਰੋਂ ਹੀ ਕੁਛ ਇੱਕ ਜਿਹੜੇ ਸੈਕਸ਼ਨ ਸੀ, ਕੁਛ ਇੱਕ ਆਗੂ ਜਿਹੜੇ ਸੀ ਉਹ ਇਸ ਮੁਸਲਿਮ ਭਾਈਚਾਰੇ ਦੇ ਖਿਲਾਫ਼ ਪਿਛਲੇ ਸਮੇਂ ਦੇ ਵਿੱਚ ਬਿਆਨ ਦਿੰਦੇ ਰਹੇ, ਜਿਸ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਸ ਦੇ ਉੱਤੇ ਕੁਛ ਧੱਬਾ ਵੀ ਲੱਗਦਾ ਰਿਹਾ ਸੀਗਾ ਕਿ ਇਸ ਨੂੰ ਕਮਿਊਨਲ ਨਹੀਂ ਹੋਣਾ ਚਾਹੀਦਾ, ਇੱਕ ਜਮਹੂਰੀ ਜਿਹੜਾ ਹੈ ਤੰਤਰ ਹੈ ਇਸ ਦੇ ਵਿੱਚ ਇਸ ਢੰਗ ਦੇ ਨਾਲ ਚੱਲਣਾ ਚਾਹੀਦਾ ਕਿ ਸਾਰੇ ਵਰਗ ਜਿਹੜੇ ਉਹਦੇ ਨਾਲ ਚੱਲਣ। ਬੰਸਲ ਜੀ, ਤੁਸੀਂ ਠੀਕ ਕਿਹਾ ਕਿ ਪਿਛਲੇ 2 ਸਾਲਾਂ ਦੇ ਸਮੇਂ 'ਚ ਬਹੁਤ ਸਾਰੇ ਭਾਜਪਾ ਦੇ ਆਗੂਆਂ ਨੇ, ਬਹੁਤ ਸਾਰੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂਆਂ ਨੇ, ਬਹੁਤ ਸਾਰੇ ਹੋਰ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਆ ਜਿਸ ਨਾਲ ਮੁਸਲਿਮ ਘੱਟ ਗਿਣਤੀ ਵਿੱਚ ਅਤੇ ਦੇਸ਼ ਦੀਆਂ ਹੋਰ ਘੱਟ ਗਿਣਤੀਆਂ 'ਚ ਚਿੰਤਾ ਪੈਦਾ ਹੋਈ ਸੀ, ਦੇਸ਼ 'ਚ ਤਣਾਅ ਪੈਦਾ ਹੋਇਆ ਸੀਗਾ ਸਮੇਂ ਸਮੇਂ 'ਤੇ। ਪਰ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੀਆਂ
ਹੁਣ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਜੇਕਰ ਭਾਜਪਾ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਅਮਲੀ ਰੂਪ 'ਚ ਇਹਦੇ 'ਤੇ ਕੰਮ ਕਰਦੇ ਆ ਤਾਂ ਜਿਹੜਾ ਦੇਸ਼ ਦਾ ਮਾਹੌਲ ਸਖਾਵਾਂ ਹੋ ਸਕਦਾ ਔਰ ਦੇਸ਼ ਦਾ ਜਿਹੜਾ ਵਿਕਾਸ ਦਾ ਏਜੰਡਾ ਆ ਉਹ ਅੱਗੇ ਵੱਧ ਸਕਦਾ। ਬਿਲਕੁਲ। ਅਗਲੀ ਜਿਹੜੀ ਖਬਰ ਹੈ ਉਹ ਪੰਜਾਬ ਦੇ ਸਰੋਕਾਰਾਂ ਨਾਲ ਜੁੜੀ ਹੋਈ ਹੈ। ਅਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਸੀਗਾ ਕਿ ਹਾੜੀ ਦੀ ਫਸਲ ਜੋ ਮੰਡੀਆਂ 'ਚ ਗਈ ਸੀ ਤਾਂ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਪੱਧਰ ਦੇ ਉੱਤੇ ਮੁਸ਼ਕਲ ਆਈ ਸੀ। ਪੰਜਾਬ ਦੇ ਕਿਸਾਨਾਂ ਨੂੰ ਹੀ ਨਹੀਂ ਬਲਕਿ ਪੰਜਾਬ ਸਰਕਾਰ ਨੂੰ ਵੀ ਮੁਸ਼ਕਲ ਆਈ ਸੀ ਕਿ ਇਹਨਾਂ ਕਿਸਾਨਾਂ ਨੂੰ ਉਹਨਾਂ ਦੀ ਜਿਣਸ ਦੀ ਜਿਹੜੀ ਅਦਾਇਗੀ ਕਰਨੀ ਸੀ ਉਸ ਸੰਬੰਧ ਦੇ ਵਿੱਚ ਕੇਂਦਰ ਦੇ ਵੱਲੋਂ ਫੰਡ ਜਿਹੜੇ ਸੀ ਉਹ ਮੌਕੇ ਸਿਰ ਰਿਲੀਜ਼ ਨਹੀਂ ਸੀ ਕੀਤੇ ਗਏ। ਅੱਜ ਜਿਹੜੀ ਖਬਰ ਹੈ ਕਿ ਝੋਨੇ ਦੀ ਜਿਹੜੀ ਫਸਲ ਹੁਣ ਆਉਣ ਨੂੰ ਤਿਆਰ ਹੈ ਮੰਡੀਆਂ ਦੇ ਵਿੱਚ, ਇਸ ਵਾਸਤੇ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਹੈ ਉਸਨੇ 26,000 ਕਰੋੜ ਰੁਪਏ ਦੀ ਜਿਹੜੀ ਲਿਮਿਟ ਹੈ ਪੰਜਾਬ ਦੀ ਉਸਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਨਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸਨੂੰ? ਬੰਸਲ ਜੀ, ਮੈਂ ਸਮਝਦਾ ਪੰਜਾਬ ਲਈ, ਪੰਜਾਬ ਦੇ ਕਿਸਾਨਾਂ ਲਈ ਇੱਕ ਬਹੁਤ ਚੰਗੀ ਖਬਰ ਹੈ ਜੀ। ਇਹਦੇ ਨਾਲ ਪੰਜਾਬ ਸਰਕਾਰ ਨੂੰ ਵੀ ਜਿਹੜਾ ਰਾਹਤ ਮਿਲੀ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀਗੀਆਂ ਕਿ ਸ਼ਾਇਦ ਇਸ ਮਾਮਲੇ 'ਤੇ ਕੋਈ ਰੁਕਾਵਟ ਪੈ ਸਕਦੀ ਹੈ, ਕਿਉਂਕਿ ਜਿਹੜੇ ਪਿਛਲੇ 10 ਸਾਲਾਂ 'ਚ ਪੰਜਾਬ ਨੇ ਜਾਂ ਪੰਜਾਬ ਦੀਆਂ ਏਜੰਸੀਆਂ ਨੇ ਕੇਂਦਰੀ ਭੰਡਾਰ ਲਈ ਜਿਹੜਾ ਅਨਾਜ ਖਰੀਦਿਆ ਉਹਦੇ ਵਿੱਚ 29,000 ਕਰੋੜ ਦਾ ਪਾੜਾ ਹੈਗਾ ਜੀ। ਅਤੇ ਇਸ ਕਰਕੇ ਜਿਹੜੀ ਸਮੱਸਿਆ ਆ ਰਹੀ ਸੀ ਨਵੇਂ ਫੰਡ ਲੈਣ ਲਈ, ਅਤੇ ਹੁਣ ਇਹ ਸਹਿਮਤੀ ਬਣੀ ਆ ਕਿ ਪਿਛਲਾ ਜਿਹੜਾ ਮਾਮਲਾ 29,000 ਕਰੋੜ ਦਾ ਉਹਨੂੰ ਵੱਖਰੇ ਤੌਰ 'ਤੇ ਸੁਲਝਾਇਆ ਜਾਏਗਾ, ਅਤੇ ਜਿਹੜੀ ਹੁਣ ਝੋਨੇ ਦੀ ਫਸਲ ਆ ਰਹੀ ਹੈ ਉਹਦੀ ਖਰੀਦ ਲਈ ਕੇਂਦਰ ਸਰਕਾਰ ਰਿਜ਼ਰਵ ਬੈਂਕ ਤੋਂ 26,000 ਕਰੋੜ ਰੁਪਇਆ ਜਾਰੀ ਕਰਵਾਏਗੀ। ਇਹਦਾ ਐਲਾਨ ਹੋ ਗਿਆ। ਆਸ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਉਹ ਝੋਨੇ ਦੀ ਖਰੀਦ ਦਾ ਕੰਮ ਜਿਹੜਾ ਉਹ ਤੇਜ਼ ਹੋਏਗਾ, ਠੀਕ ਠਾਕ ਹੋਏਗਾ, ਔਰ ਕਿਸਾਨਾਂ ਨੂੰ ਜਿਹੜੀ ਝੋਨੇ ਦੀ ਅਦਾਇਗੀ ਉਹ ਠੀਕ ਟਾਈਮ 'ਤੇ ਮਿਲੇਗੀ। ਪਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਮੰਗਾਂ ਨੇ ਜਿਨ੍ਹਾਂ ਨੂੰ ਸੂਬਾ ਸਰਕਾਰ ਕੀ ਜਾਂ ਕੇਂਦਰ ਸਰਕਾਰ ਜਿਹੜੀ ਹੈ ਉਹ ਨਹੀਂ ਮੰਨ ਰਹੀ। ਕਿਸਾਨਾਂ ਨੂੰ ਪਿਛਲੇ ਸਮੇਂ ਤੋਂ ਅਸੀਂ ਦੇਖਦੇ ਹਾਂ ਕਿ ਵੱਖ ਵੱਖ ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਨੇ ਰੋਸ ਧਰਨੇ ਦੇਣੇ ਪੈਂਦੇ ਨੇ, ਰੇਲਾਂ ਰੋਕਣੀਆਂ ਪੈਂਦੀਆਂ ਨੇ, ਔਰ ਅੱਜ ਵੀ ਇਹ ਖਬਰ ਹੈ ਕਿ ਉਹਨਾਂ ਨੇ ਅੰਮ੍ਰਿਤਸਰ ਔਰ ਦਿੱਲੀ ਦੀ ਜਿਹੜੀ ਰੇਲ ਮਾਰਗ ਹੈ ਉਸ ਨੂੰ ਰੋਕਿਆ ਸੀ। ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਸਰਕਾਰ? ਬੰਸਲ ਜੀ, ਅਸੀਂ ਦੇਖਦੇ ਆ ਰਹੇ ਹਾਂ ਕਿ ਪਿਛਲੇ ਕੁਝ ਸਾਲਾਂ 'ਚ ਖੇਤੀ ਲਗਾਤਾਰ ਜਿਹੜੀ ਆ ਉਹ ਘਾਟੇਬੰਦੀ ਬਣਦੀ ਗਈ ਹੈ, ਔਰ ਜਿਹੜੀ ਖੇਤੀ ਉਤਪਾਦਨ ਲਈ ਕੰਮ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਇਹਨਾਂ ਜਿਹੜੀਆਂ ਨਿੱਜੀ ਬਾਜ਼ਾਰ 'ਚੋਂ ਕਿਸਾਨਾਂ ਨੂੰ ਖਰੀਦਣੀਆਂ ਪੈਣੀਆਂ ਉਹ ਲਗਾਤਾਰ ਉਹਨਾਂ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ, ਅਤੇ ਉਹਦੇ ਮੁਤਾਬਕ ਸਰਕਾਰ ਵੱਲੋਂ ਕਿਸਾਨਾਂ ਨੂੰ ਢੁੱਕਵੇਂ ਭਾਅ ਮਿਲਦੇ ਨੇ। ਇਹ ਜਿਹੜਾ ਆਮਦਨ ਅਤੇ ਖਰਚ 'ਚ ਪੜਾ ਵੱਧ ਰਿਹਾ ਉਹਦੇ ਨਾਲ ਕਿਸਾਨ ਦੀ ਆਰਥਿਕ ਸਥਿਤੀ ਮਾੜੀ ਹੋ ਰਹੀ ਹੈ, ਔਰ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦੇ ਜਾ ਰਹੇ ਹੈ। ਸੋ ਇਸ ਵੇਲੇ ਵੀ ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਕੇਂਦਰ ਸਰਕਾਰ ਆ, ਖੇਤੀ ਨੂੰ ਲਾਹੇਵੰਦਾ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ। ਜਦੋਂ ਤੱਕ ਇਹ ਕਦਮ ਨਹੀਂ ਚੁੱਕਦੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਰਹਿਣਗੀਆਂ, ਕਿਸਾਨ ਕਰਜ਼ੇ ਦੇ ਜਾਲ 'ਚ ਫਸੇ ਰਹਿਣਗੇ ਅਤੇ ਕਿਸਾਨ ਜਿਹੜੇ ਮਜਬੂਰ ਹੋ ਕੇ ਜਿਹੜੇ ਅੰਦੋਲਨ ਵੀ ਕਰਦੇ ਰਹਿਣਗੇ। ਸੋ ਜਿਸ ਖਬਰ ਦਾ ਤੁਸੀਂ ਜ਼ਿਕਰ ਕੀਤਾ ਉਹ ਵੀ ਇਹੀ ਸਾਬਤ ਕਰਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਰਕਾਰਾਂ ਜਿਹੜੀਆਂ ਉਦਾਸੀ ਨਜ਼ਰ ਆ ਰਹੀਆਂ। ਇਹ ਜਿਹੜੀਆਂ ਜੇਕਰ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਅਨਾਜ ਸੁਰੱਖਿਆ ਬਣੀ ਰਹੇ, ਕਿਸਾਨ ਖੇਤੀਬਾੜੀ ਕਰਦਾ ਰਹੇ, ਕਿਸਾਨ ਦੀਆਂ ਵੀ ਜਿਹੜੀ ਜ਼ਿੰਦਗੀ ਦੀਆਂ ਘੱਟੋ ਘੱਟ ਲੋੜਾਂ ਆ ਉਹ ਪੂਰੀਆਂ ਹੁੰਦੀਆਂ ਰਹਿਣ, ਤਾਂ ਕੇਂਦਰ ਸਰਕਾਰ ਨੂੰ ਸਾਰੇ ਰਾਜਾਂ ਨੂੰ ਵਿਸ਼ਵਾਸ 'ਚ ਲੈ ਕੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਆ, ਤੇ ਖਾਸ ਕਰਕੇ ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਲਾਗੂ ਕਰਨਾ ਚਾਹੀਦਾ। ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਸੀਗੀ ਉਸਦੇ ਬਾਰੇ 'ਚ ਅਸੀਂ ਦੇਖਦੇ ਹਾਂ ਕਿ ਵੱਖ ਵੱਖ ਪਾਰਟੀਆਂ ਚੋਣਾਂ ਆਉਂਦੀਆਂ ਨੇ ਉਸ ਵੇਲੇ ਵਾਅਦੇ ਕਰਦੀਆਂ ਨੇ ਕਿ ਅਸੀਂ ਸੱਤਾ 'ਚ ਆਏ ਤਾਂ ਇਸ ਨੂੰ ਲਾਗੂ ਕਰਾਂਗੇ, ਪਰ ਹਾਲੇ ਤੱਕ ਉਸਦੇ ਵੱਲ ਕੋਈ ਜਿਹੜਾ ਕਦਮ ਜਿਹੜਾ ਨਹੀਂ ਚੁੱਕਿਆ ਗਿਆ ਕਿਸੇ ਵੀ ਸਰਕਾਰ ਦੇ ਵੱਲੋਂ। ਬਿਲਕੁਲ ਬੰਸਲ ਜੀ, ਤੁਸੀਂ ਠੀਕ ਗੱਲ ਕਹੀ ਹੈ, ਸਰਕਾਰਾਂ ਨੂੰ ਜਿਹੜਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 'ਤੇ ਵਿਚਾਰ ਕਰਕੇ ਇਸ ਸੰਬੰਧ 'ਚ ਠੋਸ ਕਦਮ ਚੁੱਕਣੇ ਚਾਹੀਦੇ ਜੀ। ਗੱਲ ਕਰਦੇ ਹਾਂ ਪੰਜਾਬ ਦੀ ਰਾਜਨੀਤੀ। ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਬਾਅਦ ਹੀ ਅਸੀਂ ਦੇਖਦੇ ਹਾਂ ਕਿ ਚੋਣਾਂ ਹੋਣੀਆਂ ਨੇ ਅਗਲੇ ਸਾਲ ਦੇ ਵਿੱਚ, ਔਰ ਇਸ ਮੌਕੇ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਸਾਰੀਆਂ ਰਾਜਸੀ ਪਾਰਟੀਆਂ ਪੂਰੀ ਸਰਗਰਮੀ ਦੇ ਨਾਲ ਆਪੋ ਆਪਣੇ ਪ੍ਰਚਾਰ ਦੇ ਵਿੱਚ ਜੁਟੀਆਂ ਹੋਈਆਂ ਨੇ ਔਰ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੇ ਵਾਸਤੇ ਯਤਨ ਕਰ ਰਹੀਆਂ ਨੇ। ਬਹੁਜਨ ਸਮਾਜ ਪਾਰਟੀ ਦੇ ਬਾਰੇ 'ਚ ਅੱਜ ਖਬਰ ਹੈ ਕਿ ਉਸ ਦੇ ਵੱਲੋਂ ਆਪਣੇ ਜਿਹੜਾ ਪਾਰਟੀ ਢਾਂਚਾ ਇਸ ਵਿੱਚ ਕੁਝ ਫੇਰਬਦਲ ਕੀਤਾ ਗਿਆ ਹੈ। ਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੂੰ ਹਟਾ ਕੇ ਉਹਨਾਂ ਨੂੰ ਫਲੌਰ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ, ਔਰ ਇਸ ਦੀ ਥਾਂ ਦੇ ਉੱਤੇ ਰਿਸ਼ਪਾਲ ਸਿੰਘ ਰਾਜੂ ਜਿਹੜੇ ਨੇ ਉਹਨਾਂ ਨੂੰ ਪਾਰਟੀ ਦਾ ਪ੍ਰਧਾਨ ਜਿਹੜਾ ਥਾਪਿਆ ਗਿਆ ਹੈ। ਇਹ ਜਿਹੜਾ ਫੇਰਬਦਲ ਕੀਤਾ ਗਿਆ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਪਾਏਗਾ ਇਹ? ਬੰਸਲ ਜੀ, ਕਿਸੇ ਵੀ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਤਬਦੀਲੀ ਕਰਨੀ ਉਸ ਪਾਰਟੀ ਦਾ ਆਪਣਾ ਮਾਮਲਾ ਹੈ ਜੀ, ਪਰ ਜਿੱਥੋਂ ਤੱਕ ਪੰਜਾਬ ਦੀ ਬਹੁਜਨ ਸਮਾਜ ਪਾਰਟੀ ਦਾ ਸੰਬੰਧ ਹੈ, ਕੁਝ ਸਾਲ ਪਹਿਲਾਂ ਇੱਕ ਵੱਡੀ ਧਿਰ ਦੇ ਰੂਪ 'ਚ ਇਹ ਉੱਭਰੀ ਸੀਗੀ, ਔਰ ਆਸ ਕੀਤੀ ਜਾਂਦੀ ਸੀ ਕਿ ਦੱਬੇ ਕੁਚਲੇ ਵਰਗ ਦੀ ਚੰਗੀ ਤਰ੍ਹਾਂ ਨੁਮਾਇੰਦਗੀ ਕਰੇਗੀ ਔਰ ਉਹਨਾਂ ਦੇ ਹਿੱਤਾਂ ਦੀ ਰਾਖੀ ਕਰੇਗੀ, ਪਰ ਪੰਜਾਬ ਦੇ ਵਿੱਚ ਇਸ ਪਾਰਟੀ ਨੇ ਜਿਹੜਾ ਇਕੱਲੇ ਚੱਲੋ ਦੀ ਨੀਤੀ ਅਖਤਿਆਰ ਕੀਤੀ ਹੈ ਉਹਦੇ ਨਾਲ ਪਾਰਟੀ ਜਿਹੜੀ ਆ ਕੋਈ ਰਾਜਨੀਤਿਕ ਤੌਰ 'ਤੇ ਵੱਡੀਆਂ ਪ੍ਰਾਪਤੀਆਂ ਨਹੀਂ ਕਰ ਸਕੀ। ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ
ਹਮ ਖਿਆਲ ਜਥੇਬੰਦੀਆਂ ਨਾਲ ਗਠਜੋੜ ਨਹੀਂ ਬਣਾਉਂਦੀ ਜੇ ਇਕੱਲੀ ਤੁਰਦੀ ਰਹਿੰਦੀ ਹੈ ਤਾਂ ਇਹ ਕੋਈ ਵੱਡੀਆਂ ਪ੍ਰਾਪਤੀਆਂ ਨਹੀਂ ਕਰ ਸਕੇਗੀ, ਹੌਲੀ ਹੌਲੀ ਇਹਦੀ ਤਾਕਤ ਘਟਦੀ ਜਾਏਗੀ। ਇਸ ਲਈ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਨਵੀਂ ਟੀਮ ਬਣੀ ਆ ਉਹਨੂੰ ਆਪਣੀ ਹਾਈ ਕਮਾਂਡ ਨਾਲ ਗੱਲ ਕਰਕੇ ਹਮ ਖਿਆਲ ਜਥੇਬੰਦੀਆਂ ਨਾਲ ਰਲ ਕੇ ਚੋਣਾਂ ਲੜਨ ਵਾਲੇ ਪਾਸੇ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਪਾਰਟੀ ਦੀ ਪ੍ਰਸੰਗਿਕਤਾ ਬਚੀ ਰਹੇ, ਨਹੀਂ ਤਾਂ ਜਿਹੜੀ ਬਹੁਜਨ ਸਮਾਜ ਪਾਰਟੀ ਆ ਹੌਲੀ ਹੌਲੀ ਦੂਜੀਆਂ ਹੋਰ ਕਈ ਪਾਰਟੀਆਂ ਦੀ ਤਰ੍ਹਾਂ ਹਾਸ਼ੀਏ ਵੱਲ ਧੱਕੀ ਜਾਏਗੀ। ਜੀ, ਪੰਜਾਬ ਦੇ ਰਾਜਸੀ ਦ੍ਰਿਸ਼ ਦੇ ਉੱਤੇ ਦੇਖੀਏ ਤਾਂ ਆਮ ਆਦਮੀ ਪਾਰਟੀ ਵੀ ਪਿਛਲੇ ਸਮੇਂ ਦੌਰਾਨ ਕਾਫੀ ਉੱਭਰ ਕੇ ਸਾਹਮਣੇ ਆਈ ਸੀ, ਹਾਲਾਂਕਿ ਕੁਝ ਸਮਾਂ ਪਹਿਲਾਂ ਇਸ ਦੇ ਵਿੱਚ ਕੁਝ ਮੁਸ਼ਕਲਾਂ ਵੀ ਪੈਦਾ ਹੋਈਆਂ ਸਨ ਔਰ ਉਸ ਤੋਂ ਬਾਅਦ ਉਹਨਾਂ ਨੂੰ ਰਿਪੇਅਰ ਕਰਨ ਦੇ ਵਾਸਤੇ ਜਿਹੜੇ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਲਗਾਤਾਰ ਯਤਨਸ਼ੀਲ ਨੇ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਕੱਲ੍ਹ ਜਲੰਧਰ ਵਿੱਚ ਸਨ ਔਰ ਕੱਲ੍ਹ ਉਹਨਾਂ ਨੇ ਜਲੰਧਰ ਦੇ ਵਿੱਚ ਅਗਰਵਾਲ ਮਹਾਂਸਭਾ ਨੂੰ ਸੰਬੋਧਨ ਕੀਤਾ ਸੀ। ਇਸ ਮੌਕੇ ਉਹਨਾਂ ਨੇ ਉੱਥੇ ਕਿਹਾ ਕਿ ਜਿਹੜੇ ਛੋਟੇ ਉਦਯੋਗਪਤੀ ਨੇ ਜਾਂ ਫਿਰ ਛੋਟੇ ਵਪਾਰੀ ਨੇ ਉਹਨਾਂ ਦੇ ਉੱਤੇ ਇੱਕ ਜਿਹੜਾ ਡੰਡਾ ਲਟਕਦਾ ਰਹਿੰਦਾ ਹੈ ਇੰਸਪੈਕਟਰੀ ਰਾਜ ਦਾ, ਉਸ ਨੂੰ ਉਹਨਾਂ ਦੀ ਪਾਰਟੀ ਅਗਰ ਸੱਤਾ 'ਚ ਆਉਂਦੀ ਹੈ ਤਾਂ ਉਹ ਖਤਮ ਕਰੇਗੀ। ਇਹ ਜਿਹੜਾ ਉਹਨਾਂ ਦਾ ਬਿਆਨ ਹੈ ਕਿਸ ਤਰ੍ਹਾਂ ਦੇਖਦੇ ਹੋ? ਇਹ ਤਾਂ ਬੰਸਲ ਜੀ ਗੱਲ ਠੀਕ ਹੈ ਕਿ ਜਿਹੜੇ ਸਾਡੇ ਸਨਅਤਕਾਰ ਹੈ ਅਤੇ ਵਪਾਰੀ ਹੈ ਉਹਨਾਂ ਨੂੰ ਅਫਸਰਸ਼ਾਹੀ ਵੱਲੋਂ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਏ ਜੀ, ਪਰ ਨਾਲ ਹੀ ਸਰਕਾਰ ਦਾ ਅਤੇ ਸਰਕਾਰ ਨਾਲ ਸੰਬੰਧਿਤ ਏਜੰਸੀਆਂ ਦਾ ਇਹ ਵੀ ਕੰਮ ਹੁੰਦਾ ਹੈ ਕਿ ਬਜ਼ਾਰੂ ਤਾਕਤਾਂ ਉਹਨਾਂ ਨੂੰ ਨਿਯਮਤ ਰੱਖਿਆ ਜਾਏ, ਉਹਨਾਂ ਨੂੰ ਕੰਟਰੋਲ ਹੇਠ ਰੱਖਿਆ ਜਾਏ ਔਰ ਜੇਕਰ ਉਹ ਆਮਦਨ ਕਮਾ ਰਹੀਆਂ ਬਜ਼ਾਰੂ ਤਾਕਤਾਂ ਤਾਂ ਉਹ ਆਪਣੇ ਟੈਕਸ ਵੀ ਅਦਾ ਕਰਨ। ਇਸ ਸੰਦਰਭ ਵਿੱਚ ਜਿਹੜਾ ਸਮੇਂ ਸਮੇਂ 'ਤੇ ਜਿਹੜੀ ਵੱਖ ਵੱਖ ਵਿਭਾਗ ਆ ਉਹ ਜਿਹੜੇ ਸਨਅਤਕਾਰਾਂ 'ਤੇ ਜਾਂ ਵਪਾਰੀਆਂ ਦੇ ਛਾਪੇ ਵੀ ਮਾਰਦੇ ਆ ਜਾਂ ਉਹਨਾਂ ਦੀ ਜਵਾਬਦੇਹੀ ਵੀ ਬਣਾਉਂਦੇ ਆ। ਜੇ ਤਾਂ ਇਹ ਇਸ ਤਰ੍ਹਾਂ ਦਾ ਅਮਲ ਠੀਕ ਲੀਹਾਂ 'ਤੇ ਚੱਲੇ ਤਾਂ ਚੰਗੀ ਗੱਲ ਹੈ, ਜੇਕਰ ਜਿਹੜੀ ਅਫਸਰਸ਼ਾਹੀ ਹੈ ਸਨਅਤਕਾਰਾਂ ਨੂੰ ਵਪਾਰੀਆਂ ਨੂੰ ਪੈਸੇ ਇਕੱਠੇ ਕਰਨ ਲਈ ਰਿਸ਼ਵਤ ਲੈਣ ਲਈ ਪਰੇਸ਼ਾਨ ਕਰਦੀ ਹੈ ਤਾਂ ਫਿਰ ਜਿਹੜੀ ਆ ਗਲਤ ਗੱਲ ਹੈ। ਬਾਕੀ ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਮਹਿਸੂਸ ਕਰਦਾ ਕਿ ਬਜ਼ਾਰੂ ਤਾਕਤਾਂ ਦੇ ਉੱਤੇ ਨਜ਼ਰ ਜ਼ਰੂਰ ਰੱਖਣੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਸ਼ੋਸ਼ਣ ਨਾ ਕਰਨ, ਤਾਂ ਕਿ ਉਹ ਟੈਕਸ ਚੋਰੀ ਨਾ ਕਰਨ। ਜੇਕਰ ਉਹਨਾਂ ਨੂੰ ਪੂਰੀ ਤਰ੍ਹਾਂ ਖੁੱਲ੍ਹ ਦੇ ਦਿੱਤੀ ਜਾਏ ਜਿੱਦਾਂ ਕੇਜਰੀਵਾਲ ਹੋਰਾਂ ਨੇ ਕਿਹਾ ਤਾਂ ਫਿਰ ਨਵੀਂ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣਗੀਆਂ, ਟੈਕਸ ਚੋਰੀ ਹੋਏਗੀ ਔਰ ਦੇਸ਼ ਨੂੰ ਟੈਕਸ ਨਹੀਂ ਮਿਲੇਗਾ ਅਤੇ ਦੇਸ਼ ਦਾ ਵਿਕਾਸ ਨਹੀਂ ਹੋ ਸਕੇਗਾ। ਇੰਸਪੈਕਟਰੀ ਰਾਜ ਇਹ ਵੀ ਦੇਖਣਾ ਪਏਗਾ ਜੇਕਰ ਕੱਲ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਜਿਸ ਤਰ੍ਹਾਂ ਕੇਜਰੀਵਾਲ ਹੋਰਾਂ ਨੇ ਪੰਜਾਬ 'ਚ ਆ ਕੇ ਦਾਅਵਾ ਕੀਤਾ ਜਾਂ ਵਾਅਦਾ ਕੀਤਾ, ਇਹਨੂੰ ਕਿੱਥੋਂ ਤੱਕ ਅਮਲੀ ਰੂਪ 'ਚ ਲਾਗੂ ਕਰ ਸਕਦੇ ਆ? ਬਿਲਕੁਲ, ਅਗਰ ਇਸ ਨੂੰ ਲਾਗੂ ਕੀਤਾ ਜਾਂਦਾ ਤਾਂ ਇਸ ਤੋਂ ਉਤਪੰਨ ਵਾਲੇ ਪੈਦਾ ਹੋਣ ਵਾਲੇ ਜਿਹੜੇ ਹੋਰ ਖਤਰੇ ਨੇ ਉਹਨਾਂ ਦੇ ਵੱਲ ਵੀ ਧਿਆਨ ਜਿਹੜਾ ਦਿੱਤਾ ਜਾਣਾ ਚਾਹੀਦਾ। ਬੰਸਲ ਜੀ, ਅਸੀਂ ਦੇਖਿਆ ਕਿ ਜਦੋਂ ਵੀ ਪਾਰਟੀਆਂ ਨੇ ਚੋਣਾਂ ਲੜਨੀਆਂ ਆਉਂਦੀਆਂ ਤਾਂ ਵੋਟਾਂ ਲੈਣ ਲਈ ਬਹੁਤ ਸਾਰੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਆ, ਇਸ ਪ੍ਰਸੰਗ 'ਚ ਹੀ ਇਹਨਾਂ ਨੂੰ ਦੇਖਿਆ ਜਾਣਾ ਚਾਹੀਦਾ। ਪਟਿਆਲੇ ਤੋਂ ਜਿਹੜੇ MP ਨੇ ਧਰਮਪਾਲ ਗਾਂਧੀ ਉਹਨਾਂ ਦੇ ਵੱਲੋਂ ਕੱਲ੍ਹ ਚੰਡੀਗੜ੍ਹ 'ਚ ਮੀਟਿੰਗ ਕੀਤੀ ਗਈ ਸੀ ਔਰ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਉਹ ਚੌਥੇ ਫਰੰਟ ਦਾ ਐਲਾਨ ਕਰ ਦੇਣਗੇ, ਪਰ ਇਸ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ, ਹਾਲੇ ਤੱਕ ਕੋਈ ਐਲਾਨ ਨਹੀਂ ਹੋਇਆ ਉਹਨਾਂ ਦੀ। ਇਹ ਮੀਟਿੰਗ ਜਿਹੜੀ ਹੈ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਸੋਚਿਆ ਜਾ ਰਿਹਾ ਸੀ ਆਵਾਜ਼ ਏ ਪੰਜਾਬ ਦੇ ਲੀਡਰ ਜਿਹੜੇ ਨੇ ਪਹੁੰਚਣਗੇ, ਪ੍ਰਗਟ ਸਿੰਘ ਤੋਂ ਇਲਾਵਾ ਉੱਥੇ ਹੋਰ ਦੂਸਰੇ ਲੀਡਰ ਨਹੀਂ ਪਹੁੰਚੇ ਸਨ, ਕਿਸ ਤਰ੍ਹਾਂ ਦੇਖਦੇ ਹੋ? ਬੰਸਲ ਜੀ, ਇਹ ਜਿਹੜੇ ਲੋਕ ਇਕੱਠੇ ਹੋ ਰਹੇ ਆ ਚੌਥੇ ਫਰੰਟ ਦੇ ਨਾਂ 'ਤੇ, ਮੈਨੂੰ ਇਹ ਆਪਣੀਆਂ ਨੀਤੀਆਂ ਲਈ ਆਪਣੇ ਪ੍ਰੋਗਰਾਮਾਂ ਲਈ ਕੋਈ ਪ੍ਰਤੀਬੱਧ ਜਿਹੜੇ ਕੋਈ ਗੰਭੀਰ ਨਜ਼ਰ ਨਹੀਂ ਆਉਂਦੇ ਜੀ, ਅਤੇ ਇਸ ਕਰਕੇ ਜਿਹੜਾ ਉਹਨਾਂ ਵੱਲੋਂ ਚੌਥਾ ਫਰੰਟ ਬਣਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਉਹ ਤੋਂ ਬਾਅਦ ਵੀ ਕੋਈ ਪ੍ਰਭਾਵੀ ਕਦਮ ਜਿਹੜੇ ਆ ਉਹ ਨਹੀਂ ਚੁੱਕੇ ਗਏ ਚੌਥੇ ਫਰੰਟ ਨੂੰ ਜਿਹੜਾ ਗਤੀਸ਼ੀਲ ਬਣਾਉਣ ਲਈ। ਅਤੇ ਹੁਣ ਜਿਹੜੀ ਗਾਂਧੀ ਹੋਰਾਂ ਨੇ ਮੀਟਿੰਗ ਕੀਤੀ ਆ ਉਹਦੇ 'ਚ ਮੀਟਿੰਗ ਜ਼ਰੂਰ ਹੋਈ ਹੈ, ਇੱਕ ਤਾਂ ਇਹ ਆ ਸਾਰੇ ਜਿਹੜੇ ਧੜੇ ਚੌਥੇ ਫਰੰਟ ਸ਼ਾਮਿਲ ਹੋਣਾ ਚਾਹੁੰਦੇ ਸੀ ਉਹ ਆਪ ਨਹੀਂ ਆਏ, ਉਹਨਾਂ ਨੇ ਆਪਣੇ ਨੁਮਾਇੰਦੇ ਭੇਜੇ ਆ ਔਰ ਉਹਦੇ ਵਿੱਚੋਂ ਵੀ ਕੁਝ ਜਿਹੜਾ ਉੱਭਰ ਕੇ ਸਾਹਮਣੇ ਨਹੀਂ ਆਇਆ। ਇਹ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਸੰਗਠਨ ਜਿਹੜੇ ਆ ਉਹ ਦਿਨਾਂ 'ਚ ਖੜ੍ਹੇ ਨਹੀਂ ਹੁੰਦੇ ਅਤੇ ਦਿਨਾਂ 'ਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਬਣੀਆਂ ਹੋਈਆਂ ਸਥਾਪਿਤ ਹੋਈਆਂ ਉਹ ਖਤਮ ਨਹੀਂ ਹੋਣੀਆਂ। ਸੋ ਮੈਨੂੰ ਚੌਥੇ ਫਰੰਟ ਦੀਆਂ ਇਸ ਸਮੇਂ ਚੋਣਾਂ ਦੇ ਨੇੜੇ ਆ ਕੇ ਬਹੁਤੀਆਂ ਜ਼ਿਆਦਾ ਸੁਭਾਵਨਾਵਾਂ ਲੱਗਦੀਆਂ ਨਹੀਂ ਹੈਗੀਆਂ। ਔਰ ਦਿੱਲੀ ਇੱਕ ਹੋਰ ਮਾਮਲਾ ਪੰਜਾਬ ਦੇ ਵਿੱਚ ਬੜੀ ਗੰਭੀਰਤਾ ਦੇ ਨਾਲ ਉੱਭਰਦਾ ਸਾਹਮਣੇ ਆ ਰਿਹਾ ਹੈ ਕਿ ਲਗਾਤਾਰ ਪਿਛਲੇ ਸਮੇਂ ਤੋਂ ਅਸੀਂ ਦੇਖਦੇ ਹਾਂ ਵੱਖ ਵੱਖ ਥਾਵਾਂ ਦੇ ਉੱਤੇ ਖੁਦਕਸ਼ੀਆਂ ਕੀਤੀਆਂ ਜਾ ਰਹੀਆਂ ਨੇ, ਚਾਹੇ ਉਹ ਕਿਸਾਨ ਹੋਣ ਚਾਹੇ ਉਹ ਪਰਿਵਾਰਕ ਮੈਂਬਰ ਹੋਣ। ਕਾਰਨ ਇਸ ਦੇ ਕਈ ਨੇ, ਆਰਥਿਕ ਤੰਗੀ ਕਰਕੇ ਹੋ ਸਕਦੇ ਨੇ ਜਾਂ ਕਿਸੇ ਦਾ ਦਬਾਅ ਕਰਕੇ ਹੋ ਸਕਦੇ ਨੇ ਜਾਂ ਫਿਰ ਕਿਸੇ ਹੋਰ ਵਜ੍ਹਾ ਕਰਕੇ ਵੀ ਇਹ ਜਿਹੜੇ ਕਾਰਨ ਹੋ ਸਕਦੇ ਨੇ, ਪਰ ਅਸੀਂ ਦੇਖਦੇ ਹਾਂ ਕਿ ਅੱਜ ਜਿਹੜੀਆਂ ਖਬਰਾਂ ਆਈਆਂ ਇਹਨਾਂ ਦੇ ਵਿੱਚ ਜਿਹੜਾ ਕਾਰਨ ਹੈ ਉਹ ਹੈ ਪੁਲਿਸ ਦੇ ਵੱਲੋਂ ਠੀਕ ਸਮੇਂ ਦੇ ਉੱਤੇ ਕਾਰਵਾਈ ਨਾ ਕੀਤੇ ਜਾਣਾ। ਮਾਨਕ ਸਾਹਿਬ, ਫਰੀਦਕੋਟ ਦੇ ਵਿੱਚ ਦੋ ਦਿਨ ਪਹਿਲਾਂ ਜਿਹੜੇ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਖੁਦਕੁਸ਼ੀ ਕਰ ਲਈ ਸੀ, ਇਸ ਦੇ ਵਿੱਚ ਹੁਣ ਜਿਹੜੀ ਜਾਂਚ ਦੇ ਵਿੱਚ ਸਾਹਮਣੇ ਗੱਲ ਆਈ ਹੈ ਉਹਦੇ ਵਿੱਚ ਇਹ ਕਿ ਵੀ ਉਹਨਾਂ ਨੇ ਪੁਲਿਸ ਤੱਕ ਪਹੁੰਚ ਕੀਤੀ ਸੀ ਪਰ ਪੁਲਿਸ ਦੇ ਵੱਲੋਂ ਠੀਕ ਸਮੇਂ ਦੇ ਉੱਤੇ ਜਿਹੜੀ ਕਾਰਵਾਈ ਨਾ ਕੀਤੇ ਜਾਣ ਕਰਕੇ ਉਹਨਾਂ ਨੇ ਇਹ ਜਿਹੜਾ ਕਦਮ ਚੁੱਕਿਆ ਸੀ ਔਰ ਪੁਲਿਸ ਨੇ ਹੁਣ ਉੱਥੋਂ ਦੇ ਇੱਕ SHO ਨੂੰ ਔਰ ਜਾਂਚ ਅਧਿਕਾਰੀ ਨੂੰ ਮੁਅੱਤਲ ਵੀ ਕੀਤਾ ਹੈ। ਇੱਦਾਂ ਦੀ ਖਬਰ ਜੁੜਦੀ ਹੈ ਮੋਗੇ ਤੋਂ, ਅੱਜ ਖਬਰ ਹੈ ਕਿ ਇੱਕ ਨਾਬਾਲਗ 16 ਸਾਲਾਂ ਦੀ ਲੜਕੀ ਜਿਹੜੀ ਹੈ ਉਸਨੂੰ ਕੋਈ ਪਰੇਸ਼ਾਨੀ ਸੀ, ਉਸਨੇ ਜਾ ਕੇ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਦਿੱਤੀ ਪਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਉਸਨੇ ਵੀ ਆਪਣੇ ਆਪ ਨੂੰ
ਇਹਦੇ ਨਾਲ ਹੀ ਜੋੜ ਦਿੰਦੇ ਹਾਂ ਅਸੀਂ ਜਲੰਧਰ ਦੇ ਨੇੜਲੇ ਪਿੰਡ ਕਿਸ਼ਨਗੜ੍ਹ ਦੇ ਵਿੱਚ ਇੱਕ ਪਰਿਵਾਰ ਦੇ ਚਾਰ ਜੀਆਂ ਦੇ ਵੱਲੋਂ ਜਿਹੜੀ ਸੀ ਖੁਦਕੁਸ਼ੀ ਕਰ ਲਈ ਗਈ। ਖੁਦਕੁਸ਼ੀ ਨੋਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਰਜ਼ੇ ਦਾ ਬੋਝ ਸੀ ਔਰ ਜਿਨ੍ਹਾਂ ਦੇ ਕੋਲੋਂ ਕਰਜ਼ਾ ਲਿਆ ਸੀ ਉਹ ਲੋਕ ਉਹਨੂੰ ਤੰਗ ਪਰੇਸ਼ਾਨ ਕਰ ਰਹੇ ਸਨ। ਇਹ ਵੱਖ ਵੱਖ ਸਮਾਜਿਕ ਕਾਰਨ ਨੇ ਜਿਹੜੇ ਲੋਕਾਂ ਦੀਆਂ ਜਾਨਾਂ ਦਾ ਜਿਹੜਾ ਕਾਰਨ ਬਣ ਰਹੇ ਨੇ, ਕਿਸ ਤਰ੍ਹਾਂ ਦੇਖਦੇ ਉਹਨੂੰ? ਬੰਸਲ ਜੀ, ਇੱਕ ਤਾਂ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਰਥਿਕ ਸੰਕਟ ਵੱਧ ਰਿਹਾ ਜੀ, ਖੇਤੀ ਦਾ ਵੀ ਅਤੇ ਗੈਰ ਖੇਤੀ ਖੇਤਰਾਂ ਦਾ ਵੀ ਜੀ, ਆਬਾਦੀ ਵੱਧ ਰਹੀ ਹੈ ਅਤੇ ਉਹਦੇ 'ਚ ਆਰਥਿਕ ਖੜੋਤ ਆ, ਉਹਦੇ ਕਾਰਨ ਬਹੁਤ ਸਾਰੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਮਸਲੇ ਪੈਦਾ ਹੋ ਰਹੇ ਆ ਜੀ। ਇਹ ਇਹ ਤਾਂ ਇੱਕ ਹਕੀਕਤ ਹੈਗੀ ਆ ਜਿਹਦੇ ਹੱਲ ਸਾਨੂੰ ਲੱਭਣ ਦੀ ਲੋੜ ਹੈਗੀ ਹੈ। ਪਰ ਇਸ ਦੇ ਨਾਲ ਹੀ ਇੱਕ ਪੰਜਾਬ ਦਾ ਇੱਕ ਵੱਡਾ ਮਸਲਾ ਇਹ ਆ ਕਿ ਪੁਲਿਸ ਦਾ ਰਾਜਨੀਤੀਕਰਨ ਹੋ ਚੁੱਕਾ ਹੈ। ਪੁਲਿਸ ਜ਼ਿਆਦਾ ਜਿਹੜਾ ਸੱਤਾਧਾਰੀ ਸਿਆਸਤਦਾਨ ਹੈ ਉਹਨਾਂ ਦੀ ਗੱਲ ਮੰਨਦੀ ਹੈ, ਪੁਲਿਸ ਆਮ ਲੋਕਾਂ ਨੂੰ ਪੁਲਿਸ ਸੇਵਾਵਾਂ ਮੁਹੱਈਆ ਕਰਨ 'ਚ ਦਿਲਚਸਪੀ ਨਹੀਂ ਲੈਂਦੀ। ਉਹ ਸਿਰਫ ਆਪਣੇ ਹਲਕੇ ਦੇ ਮੰਤਰੀਆਂ, ਆਪਣੇ ਹਲਕੇ ਦੇ ਇੰਚਾਰਜਾਂ ਜਾਂ ਆਪਣੇ ਹਲਕੇ ਦੇ ਜਿਹੜੇ ਵਿਧਾਇਕ ਆ ਉਹਨਾਂ ਦੀ ਸੇਵਾ 'ਤੇ ਲੱਗੀ ਰਹਿੰਦੀ ਹੈ। ਸੋ ਇਹ ਇਸ ਦਾ ਹੀ ਸਿੱਟਾ ਆ ਕਿ ਜਦੋਂ ਆਮ ਲੋਕ ਕੋਈ ਫਰਿਆਦ ਲੈ ਕੇ ਜਾਂਦੇ ਆ ਜਿਹਨਾਂ ਦੀ ਕੋਈ ਬਹੁਤ ਵੱਡੀ ਸਿਫਾਰਿਸ਼ ਨਹੀਂ ਹੁੰਦੀ, ਉਹਨਾਂ ਦਾ ਮਸਲਾ ਭਾਵੇਂ ਜਿੰਨਾ ਮਰਜ਼ੀ ਗੰਭੀਰ ਹੋਵੇ, ਪੁਲਿਸ ਸਮੇਂ ਸਿਰ ਬਣਦਾ ਧਿਆਨ ਨਹੀਂ ਦਿੰਦੀ। ਜਿਹੜੀਆਂ 2-3 ਤੁਸੀਂ ਮਿਸਾਲਾਂ ਦਿੱਤੀਆਂ ਉਹਨਾਂ ਤੋਂ ਇਹੀ ਗੱਲ ਸਾਬਤ ਹੋ ਰਹੀ ਹੈ। ਸੋ ਲੋੜ ਇਸ ਗੱਲ ਦੀ ਆ ਕਿ ਪੁਲਿਸ ਜਿਹੜੀ ਆ ਸਿਰ ਆਪਣੇ ਰਾਜਨੀਤਿਕ ਪ੍ਰਭੂਆਂ ਦੇ ਹਿੱਤ ਆ ਜਾਂ ਰਾਜਨੀਤਿਕ ਪ੍ਰਭੂਆਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਹੀ ਨਾ ਲੱਗੀ ਰਹੇ। ਇਹ ਜਮਹੂਰੀ ਦੇਸ਼ ਹੈ, ਲੋਕਾਂ ਦੀਆਂ ਵੋਟਾਂ ਨਾਲ ਸਰਕਾਰ ਬਣਦੀ ਆ ਔਰ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨਾ ਪੁਲਿਸ ਦਾ ਪਹਿਲਾ ਕੰਮ ਆ। ਅਗਰ ਉਹਨਾਂ ਦੇ ਕੋਲ ਕੋਈ ਸ਼ਿਕਾਇਤ ਲੈ ਕੇ ਆਉਂਦਾ ਤਾਂ ਉਹਦੇ ਵੱਲ ਬਣਦਾ ਧਿਆਨ ਦਿੱਤਾ ਜਾਣਾ ਚਾਹੀਦਾ। ਜੇ ਸ਼ਿਕਾਇਤ ਫੌਰੀ ਤੌਰ 'ਤੇ ਕਦਮ ਚੁੱਕਣ ਵਾਲੀ ਆ, ਫੌਰੀ ਤੌਰ 'ਤੇ ਕਾਰਵਾਈ ਕਰਨ ਵਾਲੀ ਆ, ਤਾਂ ਫੌਰੀ ਤੌਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਹ ਨਹੀਂ ਹੈ ਕਿ ਪੁਲਿਸ ਜਿਹੜੀ ਸੁੱਤੀ ਰਹੇ ਅਤੇ ਮਜਬੂਰ ਹੋ ਕੇ ਲੋਕ ਜਿਹੜੇ ਆ ਉਹ ਖੁਦਕੁਸ਼ੀਆਂ ਕਰਨ। ਇਸ ਗੱਲ ਵੱਲ ਪੁਲਿਸ ਨੂੰ ਜਿਹੜਾ ਉਹ ਪਹਿਲ ਦੇ ਆਧਾਰ 'ਤੇ ਧਿਆਨ ਦੇਣਾ ਚਾਹੀਦਾ। ਪੁਲਿਸ ਅਤੇ ਪ੍ਰਸ਼ਾਸਨ ਜਿਹੜਾ ਹੈ ਉਹ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਵਾਸਤੇ ਹੈ। ਅਗਰ ਉਹ ਆਪਣੇ ਰਾਜਸੀ ਹੱਕਾਂ ਦੀਆਂ ਜਿਹੜੀਆਂ ਹੈ ਗੱਲਾਂ ਮੰਨ ਕੇ ਆਮ ਲੋਕਾਂ ਨੂੰ ਇਨਸਾਫ ਦੇਣ 'ਚ ਅਸਫਲ ਰਹਿੰਦੇ ਨੇ ਤਾਂ ਅਸੀਂ ਕਹਾਂਗੇ ਕਿ ਇਹ ਤੰਤਰ ਜਿਹੜਾ ਆਮ ਲੋਕਾਂ ਦੇ ਵਾਸਤੇ ਜਿਹੜਾ ਫਿਰ ਇੱਕ ਤਰ੍ਹਾਂ ਦੇ ਨਾਲ ਘਾਤਕ ਹੀ ਸਾਬਤ ਹੋਏਗਾ। ਬਿਲਕੁਲ ਠੀਕ ਹੈ। ਸਮਾਂ ਸਾਡੇ ਪ੍ਰੋਗਰਾਮ ਦਾ ਇੱਥੇ ਖਤਮ ਹੈ। ਸੋ ਅੱਜ ਦੀ ਚਰਚਾ ਨੂੰ ਵੀ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਮਾਨਕ ਜੀ, ਤੁਸੀਂ ਸਟੂਡੀਓ 'ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਦੋਸਤੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।